ਬੱਡੀ ਨਹਿਰ ਹੈ ਪਾਖੜਾ ਨਹਿਰ ਲਾ ਬਣਦੀਆਂ ਨੇ ਪਾਣੀ ਦੀ ਕਿੰਨਾ ਫਾਸਟ ਪਾਣੀ ਆ ਰਿਹਾ ਉੱਪਰ ਦੇਖ ਸਕਦੇ ਹੋ ਬੱਚੀ ਜੀ ਇਕੱਠੀਆਂ ਦੋ ਨਹਿਰਾਂ ਇੱਕ ਏਰੀ ਬਾਈ ਇੱਕ ਹੋਰੀ ਉਸ ਸਾਈਡ ਨਾਮ ਮੈਨੂੰ ਪਤਾ ਨੀ ਹਾਂਜੀ ਦੋਸਤੋ ਵੈਲਕਮ ਬੈਕ ਨਿਊ ਵਲੌਗ ਵੀਡੀਓ ਮੈਂ ਆਪਣਾ ਤੁਹਾਡਾ ਕਮਲ ਮੂਨਕ ਵਾਲਾ ਅੱਜ ਬਾਈ ਤੁਸੀਂ ਦੇਖ ਸਕਦੇ ਪਿੱਛੇ ਹੈੱਡ ਹੈ ਟਵਾਣੇ ਦੀ ਕਈ ਵੀਰ ਤਾਂ ਜਾਣਦੇ ਹੋਣੇ ਟਵਾਣਾ ਹੈੱਡ ਬਾਰੇ ਦੱਸਣ ਦੀ ਤਾਂ ਲੋੜ ਨਹੀਂ ਮੈਂ ਕਿਹਾ ਚਲੋ ਇੱਥੇ ਆਇਆ ਵੀਡੀਓ ਬਣਾ ਲਈਏ ਵਲੌਗ ਬਣਾ ਲਈਏ ਨਾਣ ਵੀ ਆਏ ਸੀ ਬਸ ਘੁੰਮਣ ਵੀ ਆਏ ਸੀ ਕਿਉਂਕਿ ਹੁਣ ਅੱਜ ਦੇ ਟਾਈਮ ਦੇ ਵਿੱਚ ਇਹ ਮਤਲਬ ਟਵਾਣਾ ਹੈੱਡ ਕਾਫੀ ਇੰਪਰੂਵਮੈਂਟ ਹੋ ਗਈ ਮਤਲਬ ਕਾਫੀ ਪੁਲ ਵਗੈਰਾ ਵਧੀਆ ਬਣਾ ਤੇ ਨਹਿਰਾਂ ਤੁਹਾਨੂੰ ਦਿਖਾਵਾਂ ਇਕੱਲੀ ਇਕੱਲੀ ਨਹਿਰ ਕਿੰਨੀਆਂ ਨਹਿਰਾਂ ਨੇ ਟੋਟਲ ਮੈਂ ਵੀ ਨਹੀਂ ਦੇਖੀਆਂ ਮਤਲਬ ਟੂਰਿਸਟ ਏਰੀਆ ਬਣ ਗਿਆ ਬਾਈ ਹੁਣੇ ਮਤਲਬ ਸਾਰੇ ਇੱਥੇ ਘੁੰਮਣ ਵੀ ਆਉਂਦੇ ਨੇ ਨਹਾਉਣ ਵੀ ਆਉਂਦੇ ਨੇ ਆਹ ਦੇਖ ਸਕਦੇ ਹੋ ਦੁਕਾਨਾਂ ਬਾਕੀ ਤੁਹਾਨੂੰ ਡਿਟੇਲ ਨਾਲ ਬਾਈ ਕਿਵੇਂ ਮਤਲਬ ਪਾਣੀ ਦਾ ਫਲੋ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੋਣੀ ਪਾਣੀ ਦੀ ਜ਼ਿਆਦਾ ਕਿਉਂਕਿ ਪਾਣੀ ਬਹੁਤ ਤੇਜ਼ ਆ ਬਾਈ ਇੱਥੇ ਤੁਹਾਨੂੰ ਦਿਖਾਉਣਾ ਬਾਈ ਇੱਥੋਂ ਆ ਗਈ ਬਾਈ ਦੇਖ ਸਕਦੇ ਵੱਡੀ ਨਹਿਰ ਹੈ ਪਾਖੜਾ ਨਹਿਰ ਇਹ ਸਿੱਧੀ ਜਾਂਦੀ ਹੈ ਮੈਨੂੰ ਇਹ ਨਹੀਂ ਪਤਾ ਵੀ ਕਿੱਥੇ ਜਾਂਦੀ ਆਹ ਦੇਖ ਸਕਦੇ ਹੋ ਬਾਈ ਐਵੇਂ ਛੱਲਾ ਬਣਦੀਆਂ ਨੇ ਪਾਣੀ ਦੀ ਕਿੰਨਾ ਫਾਸਟ ਪਾਣੀ ਆ ਰਿਹਾ ਉੱਪਰ ਦੇਖ ਸਕਦੇ ਹੋ ਬਾਈ ਤੁਸੀਂ ਇੱਥੇ ਵੀ ਲੋਕ ਨਹਾਉਂਦੇ ਨੇ ਬਾਈ ਉਹ ਹੀ ਨਹਾਉਂਦਾ ਬਾਈ ਇੱਥੇ ਮੇਨ ਤਾਂ ਅੱਗੇ ਵੀ ਜਾ ਕੇ ਉਹ ਵੀ ਜਿਹਨੂੰ ਤੈਰਨਾ ਆਉਂਦਾ ਪ੍ਰੋਪਰ ਤਰਾਕੂ ਹੈ ਜਿਹੜਾ ਬਾਈ ਜਿਹਨੂੰ ਤੈਰਨਾ ਹੀ ਆਉਂਦਾ ਉਹ ਤਾਂ ਪੰਗਾ ਹੀ ਲੈਂਦਾ ਵੀ ਇੱਥੇ ਕਿਉਂਕਿ ਪਾਣੀ ਬਹੁਤ ਤੇਜ਼ ਹੈ ਨਾ ਇੱਥੇ ਬਾਈ ਇਹ ਆ ਗਈਆਂ ਇਕੱਠੀਆਂ ਦੋ ਨਹਿਰਾਂ ਇੱਕ ਏਰੀ ਬਾਈ ਇੱਕ ਹੋਰ ਹੀ ਉਸ ਸਾਈਡ ਨਾਮ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਵੀ ਯਾਰ ਬਾਈ ਬਹੁਤ ਟਾਈਮ ਬਾਅਦ ਆਇਆ ਮੈਨੂੰ ਇੰਨਾ ਪਤਾ ਨਹੀਂ ਮੇਰੇ ਨਾਲ ਦੇ ਉੱਥੇ ਨਹਾ ਰਹੇ ਨੇ ਆਹ ਦੋ ਨਹਿਰਾਂ ਨੇ ਬਾਈ ਦੇਖੋ ਅੱਗੇ ਨਾਲ ਲੱਗ ਰਹੇ ਨੇ ਉਹ ਵੀ ਤੁਹਾਨੂੰ ਦਿਖਾਵਾਂਗਾ ਕਾਫੀ ਯਾਰ ਮਤਲਬ ਵਧੀਆ ਹੈ ਨਾ ਮਤਲਬ ਇੱਥੇ ਮਤਲਬ ਨਾ ਕੁਲਚੇ ਦੀਆਂ ਆਈਸਕ੍ਰੀਮ ਰੇਹੜੀਆਂ ਲੱਗਦੀਆਂ ਨੇ ਕਾਫੀ ਟੂਰਿਸਟ ਏਰੀਆ ਕਾਫੀ ਰੌਣਕ ਰਹਿੰਦੀ ਹੈ ਹੁਣ ਤਾਂ ਕਾਫੀ ਜਣੇ ਨਹਾ ਕੇ ਬੱਗੇ ਕਿਉਂਕਿ ਟਾਈਮ ਵੀ ਹੁਣ ਤਾਂ ਸਾਰਾ 4-5 ਦਾ ਹੋ ਰਿਹਾ ਕਿਉਂਕਿ ਬੱਗੇ ਕਾਫੀ ਨਹਾ ਕੇ ਅੱਧੇ ਕਾਫੀ ਨਹਾ ਰਹੇ ਨੇ ਆਹ ਦੇਖ ਸਕਦੇ ਤੀਜੀ ਨਹਿਰ ਹੈ ਆਹ ਦੇਖ ਸਕਦੇ ਇਹ ਬਾਈ ਤੀਜੀ ਨਹਿਰ ਦੋ ਤੁਹਾਨੂੰ ਦਿਖਾ ਦਿਓ ਉੱਥੇ ਤੀਸਰੀ ਨਹਿਰ ਆਹ ਦੇਖੋ ਬਈ ਕਿੰਨਾ ਫਲੋ ਹੈ ਨਾ ਪਾਣੀ ਕਿੰਨਾ ਤੇਜ਼ ਆ ਰਿਹਾ ਬਾਈ ਦੇਖ ਸਕਦੇ ਹੋ ਆਵਾਜ਼ ਨਾਲੋਂ ਪਾਣੀ ਦੀ ਆਵਾਜ਼ ਜ਼ਿਆਦਾ ਆ ਰਹੀ ਹੈ ਔਰ ਦੇਖੋ ਉੱਥੇ ਪੁਲ ਬਣੇ ਹੋਏ ਨੇ ਬਾਈ ਵਧੀਆ ਉੱਥੇ ਬਾਈ ਮੇਨ ਪੁਲ ਜਿੱਥੇ ਟ੍ਰੇਨ ਜਾ ਰਹੀ ਹੈ ਮਤਲਬ ਸਾਰੀ ਨਹਿਰਾਂ ਨੂੰ ਪਾਣੀ ਇੱਥੋਂ ਮਿਲਦਾ ਇੱਥੇ ਫੱਟੇ ਲੱਗੇ ਹੋਏ ਨੇ ਅਲੱਗ ਅਲੱਗ ਨਹਿਰਾਂ ਦੇ ਕਈਆਂ ਨੂੰ ਇੱਧਰ ਪਾਣੀ ਮਿਲਦਾ ਕਈ ਨਹਿਰਾਂ ਇੱਧਰ ਨੇ ਬਾਕੀ ਪੁੱਛਦੇ ਹਾਂ ਟੋਟਲ ਕਿੰਨੀ ਨਹਿਰਾਂ ਉੱਥੇ ਜਾਂਦੀ ਹੈ ਟ੍ਰੇਨ ਬਾਈ ਉਹ ਵੀ ਬਾਹਲਾ ਡੂੰਘਾ ਬਾਈ ਉੱਥੇ ਵੀ ਨਹਾਉਂਦੇ ਨੇ ਕਾਫੀ ਜਿਹੜੇ ਤਰਾਕੂ ਨੇ ਉੱਥੇ ਜਾ ਰਹੀ ਟ੍ਰੇਨ ਬਾਈ ਦੇਖ ਸਕਦੇ ਹੋ ਮਤਲਬ ਕਾਫੀ ਤੁਸੀਂ ਦੇਖ ਸਕਦੇ ਹੋ ਨਾ ਆਪਣੇ ਟੂਰਿਸਟ ਏਰੀਆ ਬਣ ਰਿਹਾ ਇੱਥੇ ਦੇਖ ਸਕਦੇ ਪਿੱਛੇ ਮੇਨ ਨਹਿਰ ਨੂੰ ਪਾਣੀ ਮਿਲਦਾ ਇੱਥੇ ਕਾਫੀ ਡੂੰਘਾ ਯਾਰ ਮੈਂ ਤਾਂ ਪੰਗੇ ਲੈਂਦਾ ਨਾ ਕਿ ਆਪਾਂ ਛੋਟੇ ਦੇ ਵਿੱਚ ਨਹਾਉਂਦੇ ਹਾਂ ਜਿੱਥੇ ਆਪਾਂ ਕੰਫਰਟੇਬਲ ਆ ਖੜ ਕੇ ਨਹਾ ਲਈਏ ਕਿਉਂਕਿ ਆਪਾਂ ਨੂੰ ਤੈਰਨਾ ਤੁਰਨਾ ਨਹੀਂ ਆਉਂਦਾ ਜੇ ਤੁਹਾਨੂੰ ਵੀ ਤੈਰਨਾ ਆਉਂਦਾ ਬਾਈ ਕਮੈਂਟ ਕਰਕੇ ਜ਼ਰੂਰ ਦੱਸੋ ਜਿਹਨੂੰ ਕਿਹਨੂੰ ਤੈਰਨਾ ਆਉਂਦਾ ਇਹ ਆਪਣੇ ਪਿੱਛੇ ਦੇਖ ਸਕਦੇ ਹੋ ਵੀ ਪਿੱਛੇ ਕੁਲਚੇ ਵੀ ਐਕਸਪੈਰੀਮੈਂਟ ਰੇੜੀ ਲੱਗ ਰਹੀ ਹੈ ਮੈਂ ਟੂਰਿਸਟ ਏਰੀਆ ਨੂੰ ਦੱਸਿਆ ਮੈਂ ਲੋਕ ਖਾਂਦੇ ਪੀਂਦੇ ਨੇ ਨਹਾਉਂਦੇ ਨੇ ਵਧੀਆ ਠੰਡਾ ਪਾਣੀ ਹੁੰਦਾ ਪੂਰਾ ਚਿੰਡ ਇੱਥੇ ਆ ਗਈਆਂ ਬਾਈ ਦੇਖ ਸਕਦੇ ਦੋ ਨਹਿਰਾਂ ਇਹ ਦੇਖ ਸਕਦੇ ਏਰੀ ਇੱਕ ਏਰੀ ਬਾਈ ਦੂਜੀ ਉਹ ਵੀ ਡੂੰਗੀ ਨਹਿਰ ਹੈ ਮੈਂ ਇਹ ਨਹਿਰ 'ਚ ਨਹਾਇਆ ਸੀ ਬਾਈ ਉੱਥੇ ਬਿਲਕੁਲ ਮਤਲਬ ਚੈਸਟ ਤੱਕ ਪਾਣੀ ਹੈ ਲੱਕ ਤੱਕ ਇੱਥੋਂ ਡੂੰਗੀ ਜੀ ਹੈ ਬਾਕੀ ਉੱਥੇ ਠੀਕ ਹੈ ਪਾਣੀ ਮਤਲਬ ਜਿਹਨੂੰ ਤੈਰਨਾ ਨਹੀਂ ਆਉਂਦਾ ਇੱਥੇ ਨਹਾ ਸਕਦਾ ਬਾਈ ਬਾਕੀ ਆਪਾਂ ਤਾਂ ਬਸ ਘੰਟਾ ਕੁ ਨਹਾਏ ਬਾਈ ਮੰਗਾ ਬਹੁਤ ਹੈ ਯਾਰ ਰਿਸਕ ਨਹੀਂ ਲੈਣਾ ਚਾਹੀਦਾ ਨਾ ਪਾਣੀ ਆ ਦੇਖ ਸਕਦੇ ਪਾਣੀ ਕਿੰਨਾ ਤੇਜ਼ ਆ ਰਿਹਾ ਆਪਾਂ ਤਾਂ ਵਧੀਆ ਨਹਾ ਲਿਆ ਬਾਕੀ ਯਾਰ ਕਾਫੀ ਇਕੱਠ ਸੀ ਹੁਣ ਤਾਂ ਬੱਗੇ ਲੋਕ ਨਹਾ ਕੇ ਕਾਫੀ ਇਕੱਠ ਹੁੰਦਾ ਬਾਈ ਐਤਵਾਰ ਨੂੰ ਤਾਂ ਇੱਥੇ ਮਤਲਬ ਕਾਫੀ ਰੌਣਕਾਂ ਲੱਗੀ ਰਹਿੰਦੀਆਂ ਨੇ ਮੇਨ ਪਾਣੀ ਉੱਥੋਂ ਮਿਲਦਾ ਅੱਗੇ ਤੋਂ ਪਾਣੀ ਆਉਂਦਾ ਮਤਲਬ ਡੈਮ ਤੋਂ ਘੱਟ ਨਹੀਂ ਹੈਗੀ ਵੀ ਹੈੱਡ ਕਹਿੰਦੇ ਨੇ ਢਵਾਣੇ ਦੀ ਵੀ ਜਾਣਦੇ ਹੋਣੇ ਵੀਰ ਉਹਨਾਂ ਨੂੰ ਤਾਂ ਪਤਾ ਬਾਈ ਜੀ ਆਹ ਦੇਖ ਸਕਦੇ ਹੋ ਜਿੱਥੋਂ ਪਾਣੀ ਨਹਿਰਾਂ 'ਚ ਜਾਂਦਾ ਉਹ ਚੀਜ਼ ਵੀ ਦਿਖਾਉਣਾ ਬਾਈ ਤੁਹਾਨੂੰ ਉੱਥੇ ਵਧੀਆ ਰੌਣਕ ਲੱਗੀ ਹੁੰਦੀ ਅਤੇ ਉੱਥੇ ਹੈੱਡ ਆਫਿਸ ਵੀ ਬਣਿਆ ਹੋਇਆ ਕੰਟਰੋਲ ਸੈਂਟਰ ਕਹਿੰਦੇ ਨੇ ਜਿਹਨੂੰ ਇੱਥੇ ਦੇਖ ਸਕਦੇ ਹੋ ਪਾਣੀ ਮਿਲ ਰਿਹਾ ਪਾਣੀ ਦਾ ਫਲੋ ਬਾਈ ਪੂਰਾ ਤੇਜ਼ ਹੈ ਕੁਲਚਾ ਕਿੰਨੇ ਦਾ ਕਲਾਸਿਕ 20 ਸਰ ਗਰਮੀ ਜ਼ਿਆਦਾ ਨਹੀਂ ਹੈ ਉਰੇ ਕੀੜਾ ਖਾ ਕੇ ਗਿਰ ਗਿਆ ਕੌਣ ਹੈਗਾ ਤੇ ਕੋਈ ਮੁਲਕ ਤੋਂ ਆਇਆ ਸੀਗਾ ਅੱਛਾ ਉਹ ਆਏ ਨਹੀਂ ਮੁੜ ਕੇ ਕੁਲਚੇ ਲੈਣ ਆਇਆ ਸੀਗਾ ਪੈਸੇ ਗੂਗਲ ਪੇ ਕਰ ਦਈ ਕੈਸ਼ ਹੈਗਾ ਬਾਲੇ ਵਧੀਆ ਕੈਸ਼ ਤਾਂ ਹੈ ਨਹੀਂ ਫੇਰ ਤਾਂ ਮਜਬੂਰੀ ਹੈ ਕਰਦੇ ਕਰ ਕੁਲਚਾ ਅੰਕਾ ਸਵਾਦ ਬਣਾ ਰਹੇਗਾ ਟੇਸਟੀ ਹੈ ਲੋ ਬਾਈ ਜੀ ਆਪਾਂ ਨੇ ਵੀ ਹੁਣ ਕੁਲਚਾ ਖਾ ਲਿਆ 20 ਰੁਪਏ ਦਾ ਇਹ ਅੰਕਲ ਜੀ ਦੀ ਦੁਕਾਨ ਹੈ ਸਰਦਾਰ ਜੀ ਗੋਲ ਗੱਪੇ ਬੜਾ ਘੈਂਟ ਕੁਲਚਾ ਬਣਾਇਆ ਅੰਕਲ ਨੇ ਜ਼ਰੂਰ ਟਵਾਣੇ ਹੈੱਡ ਦਾ ਇੱਕ ਵਾਰੀ ਟੇਸਟ ਚੈੱਕ ਕਰਿਓ ਬਾਈ 20 ਰੁਪਏ ਦਾ ਰੇਟ ਆ ਕੁਲਚੇ ਦਾ ਮੈਨੂੰ ਤਾਂ ਬਹੁਤ ਘੈਂਟ ਲੱਗਿਆ ਵਧੀਆ ਸੀ ਅੰਕਲ ਟੇਸਟ ਵੀਡੀਓ ਪਾ ਦਾਂਗੇ ਚੈੱਕ ਕਰਦੇ ਅੰਕਲ ਯੂਟਿਊਬ ਦੇ ਕੰਮ ਦਾ ਮੂਨਕ ਨਾਮ ਦੇ ਬਾਕੀ ਬਾਈ ਦਿਖਾਉਂਦੇ ਹਾਂ ਤੁਹਾਨੂੰ ਖਾ ਪੀ ਲਿਆ ਕਰੋ ਇੱਥੇ ਸਾਨੂੰ ਰੇੜੀਆਂ 'ਤੇ ਵਧੀਆ ਟੇਸਟ ਜਿਹਾ ਬਣ ਜਾਂਦਾ ਨਾ ਬਾਕੀ ਆਪਣੇ ਯਾਰ ਮਿੱਤਰਾਂ ਨਾਲ ਮਿਲਾਉਂਦੇ ਹੋ ਜਿਹੜੇ ਉੱਥੇ ਨਾ ਰਹੇ ਨੇ ਭੁੱਖ ਹੀ ਲੱਗ ਗਈ ਸੀ ਮੈਂ ਚਲੋ ਕੁਲਚਾ ਖਾ ਲਈਏ ਚੱਲਦੇ ਆ ਉੱਥੇ ਉੱਥੋਂ ਦੀ ਆਏ ਸੀ ਕਿਉਂਕਿ ਇੱਥੇ ਹੁਣ ਨਾ ਕਾਫੀ ਚੇਂਜ ਹੋ ਗਿਆ ਹੈੱਡ ਕਿਉਂਕਿ ਪਹਿਲਾਂ ਕੁਝ ਹੋਰ ਸੀ ਹੁਣ ਨਵੇਂ ਪੁਲ ਵਗੈਰਾ ਬਣਾ ਦੇਣਾ ਕਾਫੀ ਚੇਂਜ ਕਰਤਾ ਅੰਕਲ ਹੀ ਦੱਸ ਰਹੇ ਸੀ
ਇੱਥੇ ਆ ਮੇਨ ਪੂਲ ਬਾਈ ਜਿੱਥੇ ਮਤਲਬ ਸਾਰੇ ਨਹਾਉਂਦੇ ਨੇ ਆ ਦੇਖ ਸਕਦੇ ਇਹ ਰੀ ਸਾਰੇ ਨਹਾਉਣ ਲੱਗ ਰਹੇ ਨੇ ਉਧਰ ਤਾਂ ਹੈ ਨਹੀਂ ਰੌਣਕਾਂ ਚਾਹੇ 5 ਵਜੇ ਨਾਲ ਨੇ ਸਕਦੇ ਆਪਣੇ ਪਿੱਛੇ ਸਾਰੇ ਨਹਾਉਣ ਲੱਗ ਰਹੇ ਨੇ ਅੱਗੇ ਪਿੱਛੇ ਬਾਈ ਮੇਰੇ ਨਾਲ ਵੀ ਪਤੰਦਰ ਧੱਕਾ ਕਰ ਰਹੇ ਸੀ ਵੀ ਨਾਲ ਨਾਲ ਆਪਾਂ ਤਾਂ ਨਾ ਲਈਏ ਸੀ ਨਾ ਦੁਬਾਰਾ ਬਸ ਜੀ ਆ ਕੇ ਨਾ ਨਾ ਕੇ ਆ ਦੇਖ ਸਕਦੇ ਪਿੱਛੇ ਸਾਰੇ ਨਹਾਉਣ ਹੀ ਲੱਗ ਰਹੇ ਨੇ ਬਾਈ ਆ ਦੇਖ ਸਕਦੇ ਵੀ ਇਹ ਨਹਿਰ ਤੇ ਪਾਣੀ ਠੀਕ ਆ ਮਤਲਬ ਚੈਸਟ ਤੱਕ ਰੈਕ मतलब सिंप नॉर्मली बंदा नहा सकता है ये नहर के देख सकते कि कि पानी है इतने भी नहा सकता भी कई नहर इतने भी डूंगियां ने कई नहर मतलब ठीक ने बी नॉर्मल बंदा नहा सकता जो थोड़ा माड़ा मोटा तैरना आता बाकी छोटी भी टैंकियां बनी हुई जिसे बंदा खड़ के नहा सकता है जी वीडियो थोड़ा बना के दिखाती हैड की जिन्नी मिनट की बनी हुई दस्यो बी बाकी मैं नहीं पता मैं तो क्लिपा शूट कर लिया बना लिया बाकी पता नहीं बाद देखा एडिट करके किन्ने मिनट का बना बाकी देख सकते सारे नहा ही लग रहे हैं बस हम 5 बजे का टाइम हो गया बाकी हम सारे घर में हो रहे हैं असं भी घरें जा रहे हैं बस हम 5-10 मिनट तक बाकी जो वीडियो वधिया लगी भाई लाइक करो कमेंट करके दस्सो जो थोड़ा भी तैरना आता मैं तो आता नहीं तैरना तो मिलते हैं नैक्सट ब्लॉग के होप थोड़ा वधिया लग्या होगा कोशिश की मैं जिवें बनया ठीक बनया होगा एडिट करके दसेंगे बाकी पिछले नहा लग रहे हैं अपने तो चैनल सबसक्राइब करो वीडियो वधिया लगी तो लाइक करो कमेंट करके जरूर दस्यो भाई मिलते हैं नैक्सट ब्लॉग के थैंक यू फॉर वॉचिंग इस तक वीडियो देखने के लिए भाई बहुत बहुत धन्यवाद टोटल मिला के हेड के बी 7 नहर ने 6 अद्धे ने 1 पर बई हूँ पूछे मैं बई तो जो रोज नहाते हैं 7 नहर ने बई टोटल मैं थोड़ा ताज़ा दस्या बाकी टोटल 7 ने इतने 1 मेन है जितों पानी आता सारे नहरों में।